मैं पत्रकार गुरप्रीत सिंह भुल्लर, साढ़े नाल रणजीत सिंह सजादा जी मौजूद ने जो संयुक्त मोर्चे तो जीरा तो प्रधान ने। आओ इन्हां नाल आपां गल्लबात करते हैं कि जिहड़ी 18 तरीक संयुक्त मोर्चे वालों कॉल दी गई सी रेल रोकू, तो उन्दे बदले कित्थे कित्थे रेलां रोक रहे आ, ते किन्ने इन्हां ने की सुनेहा देना चाहुंदे आ पब्लिक नूं। हाँ जी सजादा जी, जिहड़ा तुसीं रेल रोकू संयुक्त मोर्चे वालों कॉल दी गई आ, की कहना चाहोगे? ਤੁਹਾਡੇ ਚੈਨਲ ਰਾਹੀਂ ਮੈਂ ਜੀਰਾ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ, ਸੰਯੁਕਤ ਮੋਰਚੇ ਨੇ ਜਿੱਦਾਂ ਕਾਲਾਂ ਦਿੱਤੀਆਂ ਸੀ 12 ਨੂੰ ਵੀ, 14 ਨੂੰ ਵੀ, 16 ਨੂੰ, ਇੱਦਾਂ 18 ਨੂੰ ਦਿੱਤੀ ਹੈ ਰੇਲ ਰੋਕੋ ਦੀ, 12 ਵਜੇ ਤੋਂ ਲੈ ਕੇ 4 ਵਜੇ ਤੱਕ ਰਹੇ। ਆਪਣੇ ਏਰੀਏ 'ਚ ਜਿੱਦਾਂ ਤੁਹਾਨੂੰ ਪਤਾ ਹੀ ਆ, ਤਲਵੰਡੀ ਪੈਂਦਾ ਇੱਕ ਟਰੈਕ, ਇੱਕ ਤਾਂ ਪੈਂਦਾ ਮਖੂ, ਅਤੇ ਮਖੂ ਵਾਲਾ ਟਰੈਕ ਜੋ ਕਿਸਾਨ ਸੰਘਰਸ਼ ਕਮੇਟੀ ਉਹ ਰੋਕਣਗੇ, ਇੱਧਰ ਜੋ ਆਪਣੇ ਫਿਰੋਜ਼ਪੁਰ 'ਚ ਤੁਹਾਨੂੰ ਪਤਾ ਐਕਟਿਵ 4-5 ਯੂਨੀਅਨ ਐਕਟਿਵ ਆ, ਉਹਨਾਂ ਵੱਲੋਂ ਲਾਇਆ ਗਿਆ ਇਹ ਤਲਵੰਡੀ ਵਿਖੇ। ਜੀਰਾ ਵਾਸੀਆਂ ਨੂੰ, ਸਾਰੇ ਹਲਕੇ ਨੂੰ ਮੇਰੀ ਹੱਥ ਜੋੜ ਕੇ ਬੇਨਤੀ, ਕੱਲ੍ਹ ਨੂੰ ਤਲਵੰਡੀ ਵੱਧ ਤੋਂ ਵੱਧ ਪਹੁੰਚਿਆ ਜਾਵੇ, ਜੋ ਰੇਲ ਰੋਕੋ ਸਮਾਗਮ ਆ ਉਹਨੂੰ ਕਾਮਯਾਬ ਕੀਤਾ ਜਾਵੇ। ਮੈਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ, ਸਾਡੇ ਨਾਲ ਰਣਜੀਤ ਸਿੰਘ ਸਜਾਦਾ ਜੀ ਮੌਜੂਦ ਨੇ ਜੋ ਸੰਯੁਕਤ ਮੋਰਚੇ ਤੋਂ ਜੀਰਾ ਤੋਂ ਪ੍ਰਧਾਨ ਨੇ। ਆਓ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੀ 18 ਤਰੀਕ ਸੰਯੁਕਤ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਰੇਲ ਰੋਕੂ, ਅਤੇ ਉਹਦੇ ਬਦਲੇ ਕਿੱਥੇ ਕਿੱਥੇ ਰੇਲਾਂ ਰੋਕ ਰਹੇ ਆ, ਅਤੇ ਕਿੰਨੇ ਇਹਨਾਂ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਆ ਪਬਲਿਕ ਨੂੰ? ਹਾਂਜੀ ਸਜਾਦਾ ਜੀ, ਜਿਹੜਾ ਤੁਸੀਂ ਰੇਲ ਰੋਕੂ ਸੰਯੁਕਤ ਮੋਰਚੇ ਵੱਲੋਂ ਕਾਲ ਦਿੱਤੀ ਗਈ ਆ, ਕੀ ਕਹਿਣਾ ਚਾਹੋਗੇ? ਤੁਹਾਡੇ ਚੈਨਲ ਰਾਹੀਂ ਮੈਂ ਜੀਰਾ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ, ਸੰਯੁਕਤ ਮੋਰਚੇ ਨੇ ਜਿੱਦਾਂ ਕਾਲਾਂ ਦਿੱਤੀਆਂ ਸੀ 12 ਨੂੰ ਵੀ, 14 ਨੂੰ ਵੀ, 16 ਨੂੰ, ਇੱਦਾਂ 18 ਨੂੰ ਦਿੱਤੀ ਹੈ ਰੇਲ ਰੋਕੋ ਦੀ, 12 ਵਜੇ ਤੋਂ ਲੈ ਕੇ 4 ਵਜੇ ਤੱਕ ਰਹੇ। ਆਪਣੇ ਏਰੀਏ 'ਚ ਜਿੱਦਾਂ ਤੁਹਾਨੂੰ ਪਤਾ ਹੀ ਆ, ਤਲਵੰਡੀ ਪੈਂਦਾ ਇੱਕ ਟਰੈਕ, ਇੱਕ ਤਾਂ ਪੈਂਦਾ ਮਖੂ, ਅਤੇ ਮਖੂ ਵਾਲਾ ਟਰੈਕ ਜੋ ਕਿਸਾਨ ਸੰਘਰਸ਼ ਕਮੇਟੀ ਉਹ ਰੋਕਣਗੇ, ਇੱਧਰ ਜੋ ਆਪਣੇ ਫਿਰੋਜ਼ਪੁਰ 'ਚ ਤੁਹਾਨੂੰ ਪਤਾ ਐਕਟਿਵ 4-5 ਯੂਨੀਅਨ ਐਕਟਿਵ ਆ, ਉਹਨਾਂ ਵੱਲੋਂ ਲਾਇਆ ਗਿਆ ਇਹ ਤਲਵੰਡੀ ਵਿਖੇ। ਜੀਰਾ ਵਾਸੀਆਂ ਨੂੰ, ਸਾਰੇ ਹਲਕੇ ਨੂੰ ਮੇਰੀ ਹੱਥ ਜੋੜ ਕੇ ਬੇਨਤੀ, ਕੱਲ੍ਹ ਨੂੰ ਤਲਵੰਡੀ ਵੱਧ ਤੋਂ ਵੱਧ ਪਹੁੰਚਿਆ ਜਾਵੇ, ਜੋ ਰੇਲ ਰੋਕੋ ਸਮਾਗਮ ਆ ਉਹਨੂੰ ਕਾਮਯਾਬ ਕੀਤਾ ਜਾਵੇ।